ਤੁਸੀਂ ਦੇਖ ਰਹੇ ਹੋ ਨਵਰੰਗ ਟੀਵੀ। ਫੋਗਵਾੜਾ ਵਿਖੇ ਬਾਲਮੀਕ ਸਮਾਜ ਦੇ ਆਗੂਆਂ ਨੇ ਪੁਲਿਸ ਦੇ ਇੱਕ ASI ਉੱਪਰ ਉਹਨਾਂ ਨਾਲ ਮਾੜਾ ਵਤੀਰਾ ਵਰਤਣ ਦੇ ਗੰਭੀਰ ਦੋਸ਼ ਲਗਾਏ ਨੇ। ਇੱਥੇ ਦੱਸ ਦਈਏ ਕਿ ਉਕਤ ਘਟਨਾ ਉਸ ਸਮੇਂ ਘਟੀ ਜਦੋਂ ਬਾਲਮੀਕ ਸਮਾਜ ਦੇ ਆਗੂ ਕਿਸੇ ਮੁੱਦੇ ਨੂੰ ਲੈ ਕੇ SP ਫੋਗਵਾੜਾ ਨੂੰ ਮੰਗ ਪੱਤਰ ਦੇਣ ਲਈ ਜਾ ਰਹੇ ਸਨ ਤਾਂ ਬਲੱਡ ਬੈਂਕ ਗੁਰੂ ਹਰਗੋਬਿੰਦ ਨਗਰ ਫੋਗਵਾੜਾ ਵਿਖੇ ਨਾਕੇ ਤੇ ਤੈਨਾਤ ਇੱਕ ASI ਵੱਲੋਂ ਬਾਲਮੀਕ ਸਮਾਜ ਦੇ ਆਗੂਆਂ ਨਾਲ ਗਲਤ ਵਿਵਹਾਰ ਕਰਦਿਆਂ ਗਾਲੀ ਗਲੋਚ ਕੀਤਾ ਗਿਆ, ਜਿਸ ਤੋਂ ਬਾਅਦ ਗੁੱਸੇ ਵਿੱਚ ਆਏ ਬਾਲਮੀਕ ਸਮਾਜ ਦੇ ਆਗੂਆਂ ਨੇ ਬਲੱਡ ਬੈਂਕ ਗੁਰੂ ਹਰਗੋਬਿੰਦ ਨਗਰ ਦੇ ਬਾਹਰ ਹੀ ਧਰਨਾ ਲਗਾ ਕੇ ਪੁਲਿਸ ਖਿਲਾਫ ਜੰਮ ਕੇ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਧਰਨਾਕਾਰੀਆਂ ਮੁਤਾਬਕ ਉਕਤ ASI ਵੱਲੋਂ ਥਾਣਾ ਸਤਰਾਮਪੁਰਾ ਦੇ SHO ਵਿਜੇ ਕੁਮਾਰ ਨਾਲ ਵੀ ਗਲਤ ਸ਼ਬਦਾਵਲੀ ਦਾ ਪ੍ਰਯੋਗ ਕੀਤਾ ਗਿਆ, ਜਿਸ ਕਾਰਨ ਧਰਨਾਕਾਰੀਆਂ ਨੇ ਪੁਲਿਸ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕਿ ਉਕਤ ਪੁਲਿਸ ਮੁਲਾਜ਼ਮ ਨੂੰ ਤੁਰੰਤ ਹੀ ਸਸਪੈਂਡ ਕੀਤਾ ਜਾਵੇ। ਅਸੀਂ ਜਿਹੜਾ ਮੰਗ ਪੱਤਰ ਦੇਣਾ ਸੀ ਆਪਣੇ SP ਸਾਹਿਬ ਨੂੰ, ਉਹਦੇ ਸੰਬੰਧ ਸਾਡੇ ਕੋਲ 3 ਬੱਚੇ ਸੀ, ਮੋਟਰਸਾਈਕਲ ਤੇ ਬੈਠੇ ਸੀਗੇ, ਅਸੀਂ ਨਾਲ ਸੀਗੇ। ਇੱਕ ASI ਮਨਜੀਤ ਸਿੰਘ PAP ਤੋਂ ਆਇਆ ਸੀਗਾ, ਉਹਨੂੰ ਕਿਹਾ ਭਾਈ ਸਾਹਿਬ ਸਾਡੇ ਆਪਣੇ ਬੱਚੇ ਜਾਣਾ SP ਸਾਹਿਬ ਨੂੰ ਮਿਲਣ ਚੱਲੇ ਆ। ਮੈਂ ਨਹੀਂ ਕਹਿੰਦਾ ਕਿਸੇ SP ਜਾਣ, ਮੈਨੂੰ ਕਹਿੰਦਾ ਇਹ ਸਾਡੇ ਸਰੋਤਾਂ ਜਿਹੜੇ ਸਾਡੇ ਪ੍ਰਧਾਨ ਜੀ, ਮੈਂ ਨਹੀਂ ਕਹਿੰਦਾ ਕਿਸੇ ਪ੍ਰਧਾਨ ਜਾਣ, ਜੋ ਤੁਸੀਂ ਕਰਨਾ ਕਰੋ, ਮੈਂ ਨਹੀਂ ਇਹ ਛੱਡਣਾ ਚਾਹੁੰਦਾ ਮੋਟਰਸਾਈਕਲ, ਵੀ ਤੁਸੀਂ ਤੁਹਾਡਾ ਲਾਓ ਜੋ ਮਰਜ਼ੀ ਕਰੋ। SHO ਸਾਹਿਬ ਆਏ ਵਿਜੇ ਜੀ, ਉਹਨਾਂ ਨੇ ਬਦਤਮੀਜ਼ੀ ਨਾਲ ਪੇਸ਼ ਆਇਆ, ਮੇਰੇ ਪੱਤਰਕਾਰ ਭਰਾ ਸੀਗੇ ਉਹਨਾਂ ਨੇ ਬਦਤਮੀਜ਼ੀ ਨਾਲ ਪੇਸ਼ ਆਇਆ, ਪਰ ਪੁਲਿਸ ਨੇ ਜਲਦੀ ਕਾਰਵਾਈ ਕਰਦੇ SSP ਸਾਹਿਬ ਨੇ ਉਹਨੂੰ ਸਸਪੈਂਡ ਕਰਤਾ ਵਾ। ਅਸੀਂ ਪੁਲਿਸ ਦਾ ਧੰਨਵਾਦ ਕਰਦੇ ਕਿ ਸਾਡੀ ਜਿਹੜੀ ਮੰਗ ਆ ਪੂਰੀ ਕੀਤੀ ਗਈ ਹੈ, ਅਤੇ ਜਿਹੜੇ ਅਸੀਂ ਚਾਹੁੰਦੇ ਵੀ ਸ਼ਹਿਰ ਸ਼ਾਂਤੀ ਰਹੇ, ਅਸੀਂ ਨਹੀਂ ਸ਼ਹਿਰ ਸ਼ਾਂਤੀ ਭੰਗ ਕਰਨਾ ਚਾਹੁੰਦੇ। ਇਹਨਾਂ ਸ਼ਬਦਾਂ ਦਾ ਮੇਰੇ ਪੱਤਰਕਾਰ ਵੀਰਾਂ ਦਾ ਅਤੇ ਮੇਰੇ ਬਾਲਮੀ ਅਕਸ਼ਰ ਕਮੇਟੀ ਅਹੁਦੇਦਾਰ ਸਾਹਿਬਾਨ ਦਾ ਅਤੇ ਵਾਲਮੀਕੀ ਸਮਾਜ ਦਾ ਬਹੁਤ ਧੰਨਵਾਦ। ਜੈ ਵਾਲਮੀਕੀ। ਲਗਭਗ 2 ਘੰਟੇ ਚੱਲੇ ਇਸ ਧਰਨੇ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਵੱਲੋਂ ਉਕਤ ASI ਉੱਪਰ ਕਾਰਵਾਈ ਕਰਨ ਦੇ ਆਸ਼ਵਾਸਨ ਤੋਂ ਬਾਅਦ ਧਰਨਾਕਾਰੀਆਂ ਵੱਲੋਂ ਧਰਨਾ ਹਟਾਇਆ ਗਿਆ। ਇਸ ਸੰਬੰਧੀ ਗੱਲਬਾਤ ਕਰਦੇ ਹੋਏ DSP ਫਗਵਾੜਾ ਸੁਰਿੰਦਰ ਚਾਂਦ ਨੇ ਦੱਸਿਆ ਕਿ ਉਕਤ ਪੁਲਿਸ ਮੁਲਾਜ਼ਮ PAP ਤੋਂ ਆਇਆ ਸੀ, ਜਿਸ ਸੰਬੰਧੀ ਕਾਰਵਾਈ ਕਰਨ ਲਈ PAP ਦੇ ਸੀਨੀਅਰ ਅਧਿਕਾਰੀਆਂ ਨੂੰ ਲਿਖ ਕੇ ਦਿੱਤਾ ਗਿਆ ਹੈ, ਜਦਕਿ ਉਕਤ ਮੁਲਾਜ਼ਮ ਵੱਲੋਂ ਥਾਣਾ ਸਤਰਾਮਪੁਰਾ ਦੇ SHO ਨਾਲ ਬੋਲੀ ਗਲਤ ਸ਼ਬਦਾਵਲੀ ਬਾਰੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦੇ ਹੋਏ ਉਹਨਾਂ ਕਿਹਾ ਕਿ ਇਸ ਤਰ੍ਹਾਂ ਦੀ ਕੋਈ ਵੀ ਗੱਲ ਉਹਨਾਂ ਦੇ ਧਿਆਨ ਵਿੱਚ ਨਹੀਂ ਹੈ ਅਤੇ ਜੇਕਰ ਕੋਈ ਇਸ ਤਰ੍ਹਾਂ ਦੀ ਗੱਲ ਹੋਈ ਤਾਂ ਉਹ ਉਸ ਦੀ ਵੀ ਜਾਂਚ ਕਰਵਾਉਣਗੇ। ASP ਮਨਜੀਤ ਸਿੰਘ ਉੱਥੇ ਤੈਨਾਤ ਕੀਤੇ ਗਏ ਸੀ, ਇਹਨਾਂ ਦੇ ਉੱਤੇ ਇਨਫੋਰਮੇਸ਼ਨ ਮਿਲੀ ਸੀ ਕਿ ਉਸਨੇ ਕਿਸੇ ਪਬਲਿਕ ਦੇ ਨਾਲ ਮਿਸਬਿਹੇਵ ਕੀਤਾ ਹੈ, ਜਿਸ ਦੇ ਖਿਲਾਫ਼ ਅਸੀਂ ਮਹਿਕਮਾ ਨਾਲ ਕਾਰਵਾਈ ਲੈ ਰਹੇ। ਉਹ PAP ਦੇ ਵੱਲੋਂ ਸਾਡੇ ਨਾਲ ਅਟੈਚ ਨੇ ਅਤੇ ਅਸੀਂ ਉਹਨਾਂ ਦੇ ਅਫਸਰਾਂ ਸੀਨੀਅਰ ਅਫਸਰਾਂ ਨੂੰ ਲਿਖ ਕੇ ਭੇਜ ਰਹੇ। ਉਧਰ DSP ਫਗਵਾੜਾ ਸੁਰਿੰਦਰ ਚਾਂਦ ਉਕਤ ASI ਨੂੰ ਆਪਣੇ ਨਾਲ ਲੈ ਕੇ ਮੌਕੇ ਤੇ ਧਰਨੇ ਵਾਲੀ ਜਗ੍ਹਾ ਤੇ ਪਹੁੰਚੇ, ਜਿੱਥੇ ਕਿ ਗੱਡੀ ਵਿੱਚੋਂ ਉਤਰਦੇ ਸਾਰ ਹੀ ਉਕਤ ASI ਉੱਥੋਂ ਚਲਾ ਗਿਆ। ਇਸ ਦੌਰਾਨ ਜਦੋਂ ਮੀਡੀਆ ਨੇ ਉਕਤ ASI ਨਾਲ ਗੱਲਬਾਤ ਕਰਨੀ ਚਾਹੀ ਤਾਂ ਕੀ ਕਿਹਾ ਉਸ ASI ਨੇ, ਜਰਾ ਤੁਸੀਂ ਵੀ ਦੇਖ ਸੁਣੋ। ਅਸੀਂ ASI ਨੂੰ ਪੁੱਛਣਾ ਚਾਹੁੰਦੇ ਹਾਂ, ASI ਨੂੰ ਪੁੱਛਣਾ ਚਾਹੁੰਦੇ, ਇੱਥੇ ਤੱਕ ਕਿ ਇਹ ਫੋਨ ਖੋਲਣ ਦੀ ਕੋਸ਼ਿਸ਼ ਕਰ ਰਹੇ ਆ। ASI ਸਾਹਿਬ, ASI ਸਾਹਿਬ ਫੋਨ ਖੋਲਣ ਦੀ ਕੋਸ਼ਿਸ਼ ਕਰ ਰਹੇ ਆ। ਅਸੀਂ ਇਹਨਾਂ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਨਾਕੇ ਦੇ ਵਿੱਚ ਕਿਉਂ ਬਦਤਮੀਜ਼ੀ ਕੀਤੀ ਗਈ ਬਾਲਮੀਕਿ ਭਾਈਚਾਰੇ ਨਾਲ, ਯਾਨੀ ਤੁਸੀਂ SHO ਦੀ ਵੀ ਬੇਇੱਜ਼ਤੀ ਕੀਤੀ। ਇੱਕ ਸਿਵਲ ਵਰਦੀ ਦੇ ਵਿੱਚ SHO, ਯਾਨੀ SHO ਨੂੰ ਕਿਉਂ ਬੇਇੱਜ਼ਤੀ ਕੀਤੀ ਗਈ? ਉਹਨੇ ਮੌਕੇ ਤੇ ਆਪ ਮੇਰੇ ਨਾਲ ਬਦਤਮੀਜ਼ੀ ਕੀਤੀ, ਤੁਸੀਂ ਉਹਦੀ ਕੰਪਲੇਂਟ ਲਿਖਤੀ, ਕੰਪਲੇਂਟ ਕੀਤੀ, ਤੁਸੀਂ ਇੱਥੇ ਕੀ ਕਰ ਰਹੇ ਹੋ ਫਿਰ? ਕਿਵੇਂ
ਇੱਥੇ ਜਿਸ ਜਗ੍ਹਾ ਤੇ ਖੜੇ ਇੱਥੇ ਕੀ ਕਰ ਰਹੇ ਹੋ? ਥਾਣੇ ਨੂੰ ਜਾ ਰਿਹਾ। ਥਾਣੇ ਗੱਡੀ ਕਿੱਥੇ ਤੁਹਾਡੀ? ਤੁਸੀਂ ਨਾਕੇ ਸਵੇ ਤੁਹਾਡੇ ਮੁਲਾਜ਼ਮ ਕਿੰਨੇ ਤੈਨਾਤ ਸੀ? ਨਾਕੇ ਤੇ ਮੁਲਾਜ਼ਮ ਕਿੰਨੇ ਤੈਨਾਤ ਸੀ? ਸਾਡੇ ਤਿੰਨ ਮੁਲਾਜ਼ਮ ਤੈਨਾਤ ਸੀ। ਤੀਜੇ ਤਿੰਨ ਮੁਲਾਜ਼ਮ ਕਿੱਥੇ ਆਓ? ਦੋ ਕਿੱਥੇ ਬਾਕੀ? ਦੂਜਾ ਕਿੱਥੇ ਗਿਆ? ਤੁਸੀਂ ਆਪ ਹੀ ਸੁਣਿਆ ਕਿ ਉਕਤ ASI ਇਸ ਵੀਡੀਓ ਵਿੱਚ ਖੁਦ ਕਹਿ ਰਿਹਾ ਹੈ ਕਿ ਉਸ ਦੀ ਡਿਊਟੀ ਥਾਣੇ ਵਿੱਚ ਹੈ, ਅਤੇ ਹੁਣ ਸਵਾਲ ਇਹ ਬਣਦਾ ਹੈ ਕਿ ਜੇਕਰ ਉਸ ਦੀ ਡਿਊਟੀ ਥਾਣੇ ਵਿੱਚ ਹੈ ਤਾਂ ਉਹ ਹਰਗੋਬਿੰਦ ਨਗਰ ਵਿਖੇ ਕਿਸ ਤਰ੍ਹਾਂ ਨਾਕਾ ਲਗਾ ਕੇ ਖੜਾ ਸੀ? ਇਹ ਇੱਕ ਵੱਡਾ ਸਵਾਲ ਹੈ। ਫਗਵਾੜਾ ਤੋਂ ਨਵਰੰਗ ਚੈਨਲ ਲਈ ਰਮਨ ਚਾਂਦਲਾ ਦੀ ਰਿਪੋਰਟ। ਨਵੀਆਂ ਅਤੇ ਤਾਜ਼ਾ ਤਰੀਨ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਸਾਡਾ YouTube ਚੈਨਲ ਲਾਈਕ ਕਰੋ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ, ਅਤੇ ਨਾਲ ਹੀ ਦਬਾਓ ਘੰਟੀ ਦਾ ਬਟਨ।